कैनेडा एक लौता मुल्क बन गया है जिहड़ा 12वीं पास बच्चियां दे नाल भी स्पाउस नूं इनवाइट कर रहा है। कट्ठे फाइल लावांगे, सेम डे सेम टाइम ते दोनों की एम्बेसी फीस डिडक्ट होएगी और वीजा ग्रांट होएगा सेम डे, इको जहाज दे विच कट्ठे स्पाउस वीजा ट्रैवल करनगे। ਤੁਸੀਂ ਕਹਿੰਦੇ ਸੇਮ ਡੇ ਕੱਟਲੇ ਸੇਮ ਡੇ ਜਾਣਗੇ ਇਕੱਠੇ ਜਾਣਗੇ ਇੱਕੋ ਜਹਾਜ਼ 'ਚ ਜਾਣਗੇ। ਹੁਣ ਕਿਤੇ ਇਹ ਨਾ ਹੋਵੇ ਕਿ ਸੇਮ ਡੇ ਭੇਜਣ ਦੇ ਚੱਕਰ 'ਚ ਤੁਸੀਂ ਮੇਨ ਐਪਲੀਕੈਂਟ ਵੀ ਰਿਫਿਊਜ਼ ਕਰਾ ਦਿਓ। ਐਮਬੈਸੀ ਨੇ ਲਿਖਿਆ ਕਿ ਚਾਹੇ ਕੋਈ ਐਜੂਕੇਸ਼ਨ ਹੈ ਤੁਹਾਡੀ, ਦੈਟ ਡਜ਼ਨਟ ਮੀਨ ਕਿ ਸਿਰਫ ਗ੍ਰੈਜੂਏਟ ਜਾਂ ਮਾਸਟਰ ਚਾਹੀਦੇ, ਕੋਈ ਐਜੂਕੇਸ਼ਨ ਮੀਨ 12th ਗ੍ਰੈਜੂਏਟ ਜਾਂ ਮਾਸਟਰ ਐਪਲੀਕੈਂਟ ਆਪਣੇ ਨਾਲ ਆਪਣੇ ਸਪੋਰਟਿਵ ਐਪਲੀਕੈਂਟਸ, ਚਾਹੇ ਉਹ ਵਾਈਫ ਹੈ ਚਾਹੇ ਉਹ ਕਿੱਡ ਹੈ, ਅਪਲਾਈ ਕਰ ਸਕਦੇ ਹੈ। ਆਸਟ੍ਰੇਲੀਆ 'ਚ ਐਪਲੀਕੇਸ਼ਨ ਤੁਸੀਂ ਪ੍ਰੋਸੈਸ ਕਰਦੇ ਹੋ, ਦੋਨੋਂ ਐਪਲੀਕੈਂਟ ਗ੍ਰੈਜੂਏਟ ਹੋਣੇ ਚਾਹੀਦੇ ਹੋ, ਠੀਕ ਹੈ। ਯੂਕੇ ਦੀ ਆਪਾਂ ਗੱਲ ਕਰਦੇ ਹਾਂ, ਸਿਰਫ ਸਤੰਬਰ ਇਨਟੇਕ ਹੈ, ਆਖਰੀ ਇਨਟੇਕ ਜਿਹਦੇ ਵਿੱਚ ਸਪਾਊਸ ਵੀਜ਼ਾਸ ਲੱਗਣ। ਲੋਤੀ ਕੰਟਰੀ ਹੈ ਕੈਨੇਡਾ, ਇਸ ਟਾਈਮ ਮੌਕਾ ਦੇ ਰਹੀ ਹੈ ਸਾਰੇ ਵਿਦਿਆਰਥੀਆਂ ਨੂੰ, ਸੋ ਦੇਰ ਨਾ ਕਰੋ, ਕੈਨੇਡਾ ਵੀਜ਼ੇ ਦੇ ਰਿਹਾ ਜੀ। ਅੱਛਾ, ਵਿਆਹ ਪੁਰਾਣਾ ਨਹੀਂ ਚਾਹੀਦਾ, ਜੈਨੂਨ ਚਾਹੀਦਾ। ਬਿਲਕੁਲ ਜੈਨੂਨ ਚਾਹੀਦਾ ਜੀ। ਕਿਤੇ ਇਹ ਤਾਂ ਨਹੀਂ ਕਿ ਹੋਮ ਗਲੋਬਲ ਕਹਿ ਰਿਹਾ ਸਪਾਊਸ ਵੀਜ਼ਾ ਲੱਗਣਗੇ, ਤੁਸੀਂ ਆਪਣਾ 50,000,000 ਰੁਪਏ ਦੇ ਪਿੱਛੇ ਬੱਚੇ ਨੋਲ ਕਰੀ ਚੱਲੋ, 50,000,000 ਰੁਪਇਆ ਲੈ ਕੇ ਕੱਲ ਨੂੰ ਬੱਚੇ ਸਾਰੇ 50,000 100,000 ਜਿੰਨਾ ਕੇਸ ਇਕੱਠਾ ਕਰੋ, ਰਿਫਿਊਜ਼ ਕਰਾ ਕੇ ਕਹੋ ਜੀ ਮੈਂ ਤਾਂ ਅਪਲਾਈ ਕੀਤਾ ਸੀ ਵੀਜ਼ੇ ਰਿਫਿਊਜ਼ ਹੋ ਗਿਆ, ਹੁਣ ਮੈਂ ਕੀ ਕਰਾਂ। ਤੁਸੀਂ ਕਹਿੰਦੇ ਹੋ ਸਪਾਊਸ ਵੀਜ਼ਾ ਤੇ ਹੋਮ ਗਲੋਬਲ ਠੱਗੀ ਕਰਦਾ, ਅਸੀਂ ਪੈਸੇ ਸਪਾਊਸ ਵੀਜ਼ਾ ਦੇ ਉਦੋਂ ਲਾਂਗੇ ਜਦੋਂ ਵੀਜ਼ਾ ਲੱਗ ਜਾਏਗਾ। ਆਫੀਸ਼ੀਅਲੀ ਅਨਾਉਂਸ ਕਰਦਾ ਕਿ ਸਭ ਤੋਂ ਜ਼ਿਆਦਾ ਸਪਾਊਸ ਵੀਜ਼ੇ ਕੈਨੇਡਾ ਦੇ ਸਾਡੇ ਕੋਲ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ, ਔਰ ਅੱਜ ਖਾਸ ਤੌਰ ਤੇ ਇੱਕ ਵਾਰ ਫਿਰ ਤੋਂ ਹੋਮ ਗਲੋਬਲ ਤੋਂ ਵੀਜ਼ਾ ਐਕਸਪਰਟ ਰਿੱਕੀ ਸੰਧੂ ਹੁਣਾਂ ਨੂੰ ਅਸੀਂ ਇਨਵਾਈਟ ਕੀਤਾ ਹੈ। ਅੱਜ ਪੰਜਾਬ ਦੇ ਲੋਕਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ, ਕੈਨੇਡਾ ਸਰਕਾਰ ਵੱਲੋਂ, ਕੈਨੇਡਾ ਹਾਈ ਕਮਿਸ਼ਨ ਵੱਲੋਂ ਹੁਣ ਸਪਾਊਸ ਵੀਜ਼ੇ ਨੂੰ ਜਿਹੜੇ ਉਹ ਅਪਰੂਵਲਸ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹੋਮ ਗਲੋਬਲ ਵੱਲੋਂ ਵੀ ਇਨੀਸ਼ੀਏਟਿਵ ਲਿਆ ਗਿਆ, ਸਪਾਊਸ ਵੀਜ਼ਾ 'ਤੇ ਬੱਚੇ ਨੂੰ ਅਪਲਾਈ ਕਰਵਾਇਆ ਗਿਆ ਔਰ ਸਪਾਊਸ ਵੀਜ਼ੇ ਗ੍ਰਾਂਟ ਹੋਏ। ਪੰਜਾਬ ਦੇ ਵਿੱਚੋਂ ਕੈਨੇਡਾ ਸਪਾਊਸ ਵੀਜ਼ੇ 'ਤੇ ਜਾਣ ਵਾਲੇ ਬੱਚੇ ਪਹਿਲਾਂ ਮੇਨ ਐਪਲੀਕੈਂਟ ਜਾਂਦਾ ਸੀ, 6 ਮਹੀਨੇ ਬਾਅਦ ਆਪਣੇ ਸਪਾਊਸ ਨੂੰ ਬੁਲਾਉਂਦਾ ਸੀ, ਪਰ ਹੁਣ ਕੈਨੇਡਾ ਇੱਕ ਲੌਤਾ ਮੁਲਕ ਬਣ ਗਿਆ ਹੈ ਜਿਹੜਾ 12ਵੀਂ ਪਾਸ ਬੱਚਿਆਂ ਦੇ ਨਾਲ ਵੀ ਸਪਾਊਸ ਨੂੰ ਇਨਵਾਈਟ ਕਰ ਰਿਹਾ। ਸੋ 12ਵੀਂ ਪਾਸ ਬੱਚਿਆਂ ਦੇ ਨਾਲ ਉਹਨਾਂ ਸਪਾਊਸ ਦੇ ਇਕੱਠੇ ਵੀਜ਼ੇ ਜਿਹੜੇ ਉਹ ਹੋਮ ਗਲੋਬਲ ਉਹ ਲੈ ਗਏ ਨੇ। ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਅਸੀਂ ਗੱਲਬਾਤ ਕਰਾਂਗੇ ਰਿੱਕੀ ਸੰਧੂ ਹੁਣਾਂ ਦੇ ਨਾਲ ਕਿ ਕਿਵੇਂ ਕੈਨੇਡਾ ਸਪਾਊਸ ਵੀਜ਼ੇ 'ਤੇ ਹੁਣ ਇੱਕ ਪੰਜਾਬੀ ਜਾ ਸਕਦਾ ਹੈ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ। ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਨਿੱਕੀ ਜੀ ਆਇਆਂ ਨੂੰ ਜੀ। ਸੋ ਸੰਧੂ ਸਾਹਿਬ, 12ਵੀਂ ਪਾਸ ਬੱਚਾ, ਸਪਾਊਸ ਵੀਜ਼ਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਸੀ, 12ਵੀਂ ਪਾਸ ਬੱਚੇ ਨੂੰ ਵੀ ਸਪਾਊਸ ਵੀਜ਼ਾ ਮਿਲ ਗਿਆ, ਇਹ ਕਿਵੇਂ ਪੋਸੀਬਲ ਹੋਇਆ, ਕਦੋਂ ਸਿਸਟਮ ਚੇਂਜ ਹੋਇਆ, ਕਦੋਂ ਕੈਨੇਡਾ ਸਰਕਾਰ ਨੇ 12ਵੀਂ ਪਾਸ ਬੱਚਿਆਂ ਦੇ ਨਾਲ ਸਪਾਊਸ ਔਰ ਉਹਦੇ ਬੱਚਿਆਂ ਨੂੰ ਵੀਜ਼ੇ ਦੇਣੇ ਸ਼ੁਰੂ ਕੀਤੇ? ਦੇਖੋ ਸਰ, ਇੱਕ ਸਾਲ ਬੈਕ ਅਗਰ ਆਪਾਂ ਜਾਂਦੇ ਹਾਂ, ਜੂਨ ਜੁਲਾਈ ਦੇ ਵਿੱਚ 2022 ਦੇ ਵਿੱਚ ਇੱਕ ਅਪਡੇਟ ਆਉਂਦੀ ਹੈ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ, ਜੋ ਉਹਨਾਂ ਦੀ ਸਾਈਟ ਦੇ ਉੱਪਰ ਪ੍ਰੋਪਰਲੀ ਲਿਖਿਆ ਜਾਂਦਾ ਕਿ ਹੁਣ ਤੋਂ ਸਟੂਡੈਂਟ ਚਾਹੇ ਕੋਈ ਵੀ ਉਹਦੀ ਐਜੂਕੇਸ਼ਨ ਹੈ ਆਪਣੇ ਸਪਾਊਸ ਔਰ ਕਿਡ ਨੂੰ ਨਾਲ ਲੈ ਕੇ ਜਾ ਸਕਦਾ। ਇਨੀਸ਼ੀਏਟਿਵ ਜ਼ਰੂਰ ਲਿਆ ਗਿਆ ਬਟ ਕਿਸੇ ਨੇ ਪਹਿਲ ਨਹੀਂ ਕੀਤੀ, ਗਵਰਨਮੈਂਟ ਦੀ ਗਾਈਡਲਾਈਨਸ ਦੇ ਉੱਪਰ ਆ ਕੇ ਅਸੀਂ ਕੰਮ ਕੀਤਾ ਅਤੇ ਅਸੀਂ ਐਪਲੀਕੇਸ਼ਨ ਨੂੰ ਪ੍ਰੋਸੈਸ ਕੀਤਾ। ਅੱਜ ਤੁਹਾਡੇ ਸਾਹਮਣੇ ਸਪਾਊਸ ਵੀਜ਼ਾਸ ਗ੍ਰਾਂਟ ਹੋਏ ਨੇ ਅਤੇ ਸਪਾਊਸ ਵੀਜ਼ਾਸ ਉਹ ਗ੍ਰਾਂਟ ਹੋਏ ਆ ਜਿਹਦੇ ਵਿੱਚ ਹਸਬੈਂਡ ਵਾਈਫ ਪਲੱਸ ਕਿਡ ਦੀ ਐਪਲੀਕੇਸ਼ਨ ਇਕੱਠੇ ਸੇਮ ਡੇ ਅਸੀਂ ਵੀਜ਼ਾ ਲਿਆ। ਅੱਛਾ, ਪਰ ਤੁਸੀਂ ਪਿਛਲੇ ਸਾਲ ਦੀ ਗੱਲ ਕਰਦੇ ਹੋ, ਸਾਲ ਪਿੱਛੇ ਚੱਲ ਜਾਈਏ, ਸਪਾਊਸ ਵੀਜ਼ੇ ਤਾਂ ਕੈਨੇਡਾ ਦਾ ਪਹਿਲਾਂ ਵੀ ਲੱਗਦੇ ਸੀ, ਪਹਿਲਾਂ ਮੇਨ ਐਪਲੀਕੈਂਟ ਜਾਂਦਾ ਸੀ 6 ਮਹੀਨੇ ਬਾਅਦ, ਜਿਹੜਾ ਉਹ ਆਪਣੇ ਸਪਾਊਸ ਨੂੰ ਜਾਂ ਬੱਚੇ ਨੂੰ ਜਾਂ ਡਿਪੈਂਡੈਂਟ ਨੂੰ ਜਿਹਦੀ ਗੱਲ ਕਰਦੇ ਹਾਂ ਉਹਨੂੰ ਬੁਲਾ ਲੈਂਦਾ ਸੀ ਔਰ ਡਿਪੈਂਡੈਂਟ ਦੇ ਕੋਲ ਓਪਨ ਵਰਕ ਪਰਮਿਟ ਦੇ ਰਾਈਟਸ ਹੁੰਦੇ ਸੀ, ਪਰ ਹੁਣ ਹੁਣ ਇੱਕ ਤਬਦੀਲੀ ਕੀ ਹੈ, ਹੁਣ ਇਕੱਠੇ ਜਾਣਗੇ ਜਾਂ ਡਿਪੈਂਡੈਂਟ ਦੇ ਕੋਲ ਰਾਈਟਸ ਕੀ ਹੋਣਗੀਆਂ? ਦੇਖੋ ਸਰ, ਉਹ ਚੀਜ਼ ਤੁਸੀਂ ਆਪ ਹੀ ਕਹਿੰਦੇ ਹੋ, ਉਹ ਡਿਪੈਂਡੈਂਟ ਐਪਲੀਕੇਸ਼ਨ ਸੀਗੀ ਕਿ ਮੇਨ ਐਪਲੀਕੈਂਟ ਦਾ ਵੀਜ਼ਾ ਗ੍ਰਾਂਟ ਹੋਇਆ, ਇੱਕ ਸਮੈਸਟਰ ਪੜਿਆ ਜਾਊਗਾ, ਸਮੈਸਟਰ ਪੜਨ ਤੋਂ ਬਾਅਦ ਸਟੂਡੈਂਟ ਇਨਵੀਟੇਸ਼ਨ ਲੈਟਰ ਸੈਂਡ ਕਰਦਾ ਜਿਹਦੇ ਬਿਹਾਫ ਤੇ ਐਪਲੀਕੇਸ਼ਨ ਪ੍ਰੋਸੈਸ ਹੁੰਦੀ ਹੈ, ਔਰ ਇੱਕ ਸਮੈਸਟਰ ਤੋਂ ਬਾਅਦ ਲਾਈਕ 6 ਮਹੀਨੇ ਜਦੋਂ ਬੱਚਾ ਪੜ ਜਾਂਦਾ ਫਿਰ ਏਜੰਟ ਨੂੰ ਯਾਦ ਆਉਂਦਾ ਉਹਦੇ ਕਾਗਜ਼ ਤਿਆਰ ਕਰਨੇ, ਕਾਗਜ਼ ਤਿਆਰ ਹੁੰਦੇ ਸਬਮਿਸ਼ਨ ਹੁੰਦੀ, 5 ਤੋਂ 6 ਮਹੀਨੇ ਐਮਬੈਸੀ ਲੈਂਦੀ, ਮਤਲਬ ਉਹ ਬੱਚਾ ਜਿਹੜਾ 6 ਮਹੀਨੇ ਬਾਅਦ ਜਾਣਾ ਚਾਹੁੰਦਾ ਸੀਗਾ ਅਲਟੀਮੇਟਲੀ ਸਾਲ ਡੇਢ ਸਾਲ ਬਾਅਦ ਜਾ ਕੇ ਆਪਣੇ ਸਪਾਊਸ ਨੂੰ ਜੁਆਇਨ ਕਰਦਾ। ਬਟ ਹੁਣ ਦੀ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਇਕੱਠੇ ਫਾਈਲ ਲਾਵਾਂਗੇ, ਸੇਮ ਡੇ ਸੇਮ ਟਾਈਮ ਤੇ ਦੋਨਾਂ ਦੀ ਐਮਬੈਸੀ ਫੀਸ ਡਿਡਕਟ ਹੋਏਗੀ ਔਰ ਵੀਜ਼ਾ ਗ੍ਰਾਂਟ ਹੋਏਗਾ ਸੇਮ ਡੇ, ਇੱਕੋ ਜਹਾਜ਼ ਦੇ ਵਿੱਚ ਇਕੱਠੇ ਸਪਾਊਸ ਵੀਜ਼ਾ ਟਰੈਵਲ ਕਰਨਗੇ ਜੀ। ਨਹੀਂ, ਹੁਣ ਇਹਦੇ ਵਿੱਚ ਵੀ ਕੁਛ ਇੱਕ ਸਵਾਲ ਸਾਹਮਣੇ ਆਉਂਦੇ ਆ, ਤੁਸੀਂ ਕਹਿੰਦੇ ਸੇਮ ਡੇ ਕੱਢਲੇ ਸੇਮ ਡੇ ਜਾਣਗੇ ਇਕੱਠੇ ਜਾਣਗੇ ਇੱਕੋ ਜਹਾਜ਼ 'ਚ ਜਾਣਗੇ, ਹੁਣ ਕਿਤੇ ਇਹ ਨਾ ਹੋਵੇ ਕਿ ਸੇਮ ਡੇ ਭੇਜਣ ਦੇ ਚੱਕਰ 'ਚ ਤੁਸੀਂ ਮੇਨ ਐਪਲੀਕੈਂਟ ਵੀ ਰਿਫਿਊਜ਼ ਕਰਾ ਦਿਓ, ਇੱਕ 12ਵੀਂ ਪਾਸ ਬੱਚਾ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਦੋਂ ਫਾਈਲ ਲਾਊਗਾ ਜਾਂ ਇੱਕ ਗ੍ਰੈਜੂਏਟ ਬੱਚਾ ਜਦੋਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਫਾਈਲ ਲਾਊਗਾ ਤੇ ਵੀਜ਼ਾ ਦੇ ਰਿਫਿਊਜ਼ਲ ਚਾਂਸਸ ਮੇਰੇ ਖਿਆਲ ਜ਼ਿਆਦਾ ਨਹੀਂ ਹੋ ਜਾਣਗੇ, ਕਿਤੇ ਕੈਨੇਡਾ ਸਰਕਾਰ ਕਹਿੰਦੀ ਤੂੰ ਪੜਨ ਆਉਣਾ ਤੂੰ ਪੜਨਾ, ਆਪਣੇ ਡਿਪੈਂਡੈਂਟ ਨੂੰ ਨਾਲ ਕਿਉਂ ਲੈ ਕੇ ਆ ਰਿਹਾ, ਆਪਣੇ ਬੱਚੇ ਨੂੰ ਨਾਲ ਕਿਉਂ ਲੈ ਕੇ ਆ ਰਿਹਾ, ਜੇ ਡਿਪੈਂਡੈਂਟ ਤੇਰੇ ਤੇ ਦੋਵੇਂ ਜਾਣੇ ਆ
तू पढ़ेगा आप या पढ़ेंगी आप तो बाकी किवें सांभू कौन सांभू। देखो सर कैनेडा ऐसी कंट्री है जिहड़ी दोनों हाथ अगे करके इमीग्रेंट्स नूं इनवाइट कर रही है। अज गल करते हैं कैनेडा दे विच यंगस्टर पॉपुलेशन बहुत घट हैगी है जिहदे करके स्टूडेंट वीजा ग्रांट हो रहे हैं। और कैनेडियन एम्बेसी की एक चीज मैं तुहानूं दस दिंदा जदों तुसीं ओह वर्डिंग पढ़ोगे सो आई वॉन्ट कि तुसीं शो दे विच भी अगर ऐड हुंदी ओह क्लिप ऐड कर लईए स्क्रीनशॉट। एम्बेसी ने लिखा है कि चाहे कोई एजुकेशन है ताड़ी, दैट डजंट मीन कि सिर्फ ग्रेजुएट या मास्टर चाहिए, कोई एजुकेशन मीन 12th ग्रेजुएट या मास्टर एप्लीकेंट अपने नाल अपने सपोर्टिव एप्लीकेंट्स चाहे वो वाइफ है चाहे वो किड है अप्लाई कर सकते हैं। सैकेंड चीज़ यह है कि कैनेडा के इस टाइम हाई डिमांड लाइक इस चीज़ की हैगी है कि उन्होंने पॉपुलेशन चाहिए है इंडियन पंजाबी जेड़े है कि हर फैक्टर दे विचे मेहनत करते हैं और चंगे दिमाग वाले स्किल्स वाले होंगे कि उत्थों दी मेहनत दे नाल कैनेडा नूं डिवेलप कर सकन। सो वो इस टाइम मौका दे रहे कि सारे एप्लीकेंट्स आन और उत्थों दी जेड़ी है इकोनमी नूं वधिया राइज कर सकन। अच्छा एक चीज़ होर दसो, कनेडा साफ सुथरा मुल्क आ, ठंडा मुल्क आ, पढ़े लिखे लोगों का मुल्क आ। हुण जदों प्लस टू पास जिहड़ा मेन एप्लीकेंट नूं बुला रहा है डिपेंडेंट नूं नाल बुला रहा है कि डिपेंडेंट भी इक्वल एजुकेटेड होना चाहिए, जो बारहवीं पास मेन एप्लीकेंट है तो डिपेंडेंट भी बारहवीं पास होना चाहिए या डिपेंडेंट ग्रेजुएट होना चाहिए या डिपेंडेंट दसवीं पास या घट पढ़े हुए चलूगा। बड़ा सोहना सवाल किया तुम ये जरिए, मैं बाकियों भी आंसर देना चाहूँगा। ऑस्ट्रेलिया एप्लीकेशन प्रोसेस करते हो दोनों एप्लीकेंट ग्रेजुएट होने चाहिए, ठीक है। यूके की आप गल करते सिर्फ सितंबर इनटेक है आखिरी इनटेक जिसे स्पाउस वीजा लगनगे। इस टाइम कोई ऐसी कंट्री नहीं जी प्लस टू बेस के उपर या उसका स्पाउस क्वालिफाइड नहीं है वीजा लेके देगी। इकलौती कंट्री है कैनेडा इस टाइम मौका दे रही है सारे विद्यार्थियों को। सो देर ना करो, इस टाइम स्पाउस वीजा ग्रांट हो रहे साडे किसी भी नजदीकी ब्रांच के जाके विजिट कर सकते हो, मेन लगे हुए वीजे देख सकते हो हसबेंड वाइफ और किड के नाल। बड़ा चंगा सुनहरी मौका उन्होंने विद्यार्थियों जो स्पाउस वीजा से कट्ठे जाना चाहते हैं। सो एक चीज़ मैं ऑलरेडी कहना चाहूँगा कि एक चीज़ पहले ट्रेंड जरूर चलिया सीगा जिदा बेंत कौर वर्गे केसिस हो गए, मुंडा पैसे खर्चता है ब्याज चकता है जाके करजा अपने उत्ते चढ़ा लेंदा है, बट मीनवाइल कुड़ी उत्थे जाके चेंज हो जाती। हुण दी एप्लीकेशन तुसीं ओम ग्लोबल को प्रोसैस करते हो चाहे प्लस टू मेन एप्लीकेंट चाहे स्पाउस ओदा 10th पास है असीं स्पाउस वीजा कट्ठियां दा लवा के दांगे। अच्छा स्पाउस चाहे 10वीं पास आ जी चाहे घट पढ़िया लिखिया चाहे 5वीं पास है चाहे नहीं भी पढ़िया लिखिया, हसबेंड वाइफ कहते कट्ठे जाएंगे, मेन एप्लीकेंट सिर्फ 12वीं पास होना चाहिए, आयल्स के विचों 6 ईच बैंड होने चाहिए है, 60% या 55% नंबर चाहिए है, हसबेंड वाइफ कट्ठे जाएंगे, डिपेंडेंट चाहे 10वीं पास आ चाहे घट पढ़िया लिखा कुछ भी काम करता है ये दोवें कट्ठे जाएंगे। हूँ एक सवाल यह है कि विह कि पुराना चाहिए, क्योंकि आस्ट्रेलिया कहता जी विह 1 साल पुराना चाहिए, यूके कहता जी विह पुराना नहीं चाहिए, मेरा नवा विह भी चलूगा, बट हूँ जनवरी के लैने बच्चे बंद करते सिर्फ लास्ट इनटेक है 2-3 महीने रह गए। कनेडा के जेकर 12वीं पास बच्चे ना या ग्रेजुएट बच्चे ना स्पाउस जाना चाहता है तो विह कि पुराना चाहिए। देखो विह नहीं कैनेडा नूं चाहिए, कैनेडा नूं लोग चाहिए है। यंग पॉपुलेशन की गल करता चाहे जापान है या चाइना है, इस टाइम इंडिया तो काफ़ी पिछे है और कैनेडा भी काफ़ी पिछे है। टैक्नोलॉजी की गल करते हो साढ़े तो 10-15 साल ऑलरेडी एडवांस चलते हैं, बट वो टैक्नोलॉजी के विच फोन लैपटॉप कंप्यूटर के वड़ गए जिदे करके यूथ यंगस्टर उन्होंने काबिल नहीं है। सो वो चाहते हैं कि मेहनती लोग आन इंटैलीजेंट लोग आन साडे जाके मुल्क नूं चंगा होर अगे जाके वधाण, क्योंकि इंडिया जी इस टाइम सुपर पावर बन चुका। सो वह भी चाहते कि ये इंडियन लोग साढ़े को आके साड़ी कंट्री वधेरे अगे दुनिया के दिखाया जाए। सो ये कोई ऐसी रिक्वायरमेंट नहीं हैगी कि स्पाउस इन्ना चाहिए मैनू या विह इन्ना पुराना चाहिए, नाल एप्लीकेशन कर सकते हो। इस टाइम खुला सद्दा जी सारे विद्यार्थियों जिन्हें भी वीडियो देख रहे हो, स्टूडेंट वीजा सिंगल करना चाहते हो स्पाउस ना करना चाहते हो या किड ना करना चाहते हो कैनेडा वीजे दे रहा जी। अच्छा विह पुराना नहीं चाहिए, जेनुअन चाहिए, बिल्कुल जेनुअन चाहिए जी, क्योंकि जे हुण मान लो जेनुअन मैरिज है किसी विह हो महीना होया या 2 महीने भी होए आ तो की अपलाई कर सकता। सर देखो पुरानी चीज़ जी चलती सी कि एजेंट कागज बनाते सके वैडिंग अरेंज होंगी सी बेंत कौर वंगे केस हो जाते थे, हुण वो ट्रेंड सारा खत्म हो चुका है, रीसेंट वैडिंग भी है जेनुअन होनी चाहिए वो एविडेंस लगाओ बिल्कुल वीजा से। अच्छा हुण एक और सवाल, बहुत सारे कंसल्टेंट पंजाब दे विच प्रमोशन करनी शुरू कर गए ओवरऑल 6 बैंड 1 चो 5.5 बैंड एस डी एस से अपलाई करो 2 चो 5.5 बैंड एस डी एस से अपलाई करो, बहुत सारे कंसल्टेंट तो उसी भी गल करते हो कि 1-1.5 लाख रुपया सिर्फ कमाने की खातर माड़े प्रोफाइलों अपलाई करवा रहे और वीजे रिफ्यूज़ हो रहे हैं, कितने तो नहीं कि ओम ग्लोबल कह रहे स्पाउस वीजा लगनगे तुम्हें भी अपना 50,000 रुपये के पिछले बच्चे नोल करी चलो 50,000 रुपया लैके कल बच्चे सारे 50,000 100 जिन्ना केस इकट्ठा करो रिफ्यूज़ करा के कहो जी मैं तो अपलाई किया वीजे रिफ्यूज़ हो गए मैं की करा, तुम गवर्नमेंट की साइड वेलो साइड तो लिखा स्पाउस वीजा लगेगा हूँ नहीं लगा तो वीजा अफसर ने नहीं दिता वीजा इस मेरी की गलती पर तुम तो लखा कमा लिया। देखो सो एक वही कंपनी आयल्स कंडक्ट करने वाली ने इस चीज़ को कहता कि कैनेडा एक्सैप्ट करेगा, बट कैनेडियन गवर्नमेंट वालों ऑफिशियल अनाउंसमेंट हजे तक नहीं आई
6 ਈਚ ਲੈਣੇ ਜਾਂ ਕਿਸੇ 'ਚ ਘੱਟ ਲਵਾਂਗੇ। ਰਹੀ ਗੱਲ ਤੁਹਾਡੀ, ਤੁਸੀਂ ਕਹਿੰਦੇ ਹੋ ਸਪਾਊਸ ਵੀਜ਼ਾ ਤੇ ਹੋਮ ਗਲੋਬਲ ਠੱਗੀ ਕਰਦਾ, ਅਸੀਂ ਪੈਸੇ ਸਪਾਊਸ ਵੀਜ਼ਾ ਦੇ ਉਦੋਂ ਲਾਂਗੇ ਜਦੋਂ ਵੀਜ਼ਾ ਲੱਗ ਜਾਏਗਾ, ਪੈਸੇ ਉਦੋਂ ਦੇਣੇ ਜਦੋਂ ਵੀਜ਼ਾ ਲੱਗ ਜਾਏਗਾ। ਮੈਂ ਠੱਗੀ ਦੀ ਗੱਲ ਨਹੀਂ ਕਰ ਰਿਹਾ, ਹੋਮ ਗਲੋਬਲ ਦੇ ਨਾਲ ਬਹੁਤ ਲੰਮਾ ਨਾਤਾ ਹੈ, ਬਹੁਤ ਲੰਮੇ ਸਮੇਂ ਤੋਂ ਪ੍ਰਮੋਟ ਕਰਦੇ ਆ ਰਹੇ ਹਾਂ, ਦਫ਼ਤਰਾਂ 'ਚ ਵਿਜ਼ਿਟ ਕਰਦੇ ਹਾਂ, ਵੀਜ਼ੇ ਵੀ ਲੱਗੇ ਵਿਖਾਏ, ਲੋਕਾਂ ਨੂੰ ਵੀਜ਼ੇ ਡਿਲੀਵਰ ਹੁੰਦੇ ਵਿਖਾਏ, ਮੈਂ ਠੱਗੀ ਤੇ ਨਾਂ ਨਹੀਂ ਲਿਆ। ਮੈਂ ਤਾਂ ਇਹ ਕਹਿੰਦਾ ਕਿ ਕਈ ਵਾਰ ਕੀ ਹੁੰਦਾ ਹੈ ਕਿ ਬੰਦਾ ਕਹਿੰਦਾ ਯਾਰ ਚੀਜ਼ ਨਵੀਂ ਆਈ, ਚਲੋ ਅਪਲਾਈ ਕਰਾ ਦਿਓ, 50,000 ਲੱਖ ਰੁਪਏ ਲੈ ਕੇ ਅਪਲਾਈ ਕਰਾ ਦਿਓ, ਕੱਲ ਨੂੰ ਵੀਜ਼ੇ ਨਾ ਆਏ ਅਲਟੀਮੇਟਲੀ ਫਾਇਦਾ ਤਾਂ ਹੋਮ ਗਲੋਬਲ ਦਾ ਹੋ ਗਿਆ, ਪਰ ਬੱਚੇ ਦਾ ਨੁਕਸਾਨ ਤਾਂ ਹੋ ਗਿਆ ਨਾ। ਦੋ ਚੀਜ਼ਾਂ ਹੁੰਦੀਆਂ ਜੀ, ਇੱਕ ਹੁੰਦੀ ਐਕਸਪੈਰੀਮੈਂਟ ਜੋ ਤੁਸੀਂ ਕਿਹਾ, ਇੱਕ ਹੁੰਦੀ ਰਿਐਲਿਟੀ। ਐਕਸਪੈਰੀਮੈਂਟ ਹੋ ਚੁੱਕੇ ਜੀ, ਜੋ ਪਹਿਲੀ ਐਪਲੀਕੇਸ਼ਨ ਲੱਗਣੀ, ਦੂਜੀ ਲੱਗਣੀ, ਤੀਜੀ ਲੱਗਣੀ, ਅੱਜ ਸਾਡੇ ਕੋਲ ਵੀਜ਼ਾ ਤਾਂ ਹਜੇ ਤੱਕ ਸਟਿਲ ਆਫੀਸ਼ੀਅਲੀ ਅਨਾਊਂਸ ਕਰਨਾ ਕਿ ਸਭ ਤੋਂ ਜ਼ਿਆਦਾ ਸਪਾਊਸ ਵੀਜ਼ੇ ਕੈਨੇਡਾ ਦੇ ਸਾਡੇ ਕੋਲ ਨੇ। ਤੁਹਾਡਾ ਕੁਐਸਚਨ ਦਾ ਆਨਸਰ ਦੂਜਾ ਇਹ ਦਊਂਗਾ, ਜਿਹੜਾ ਬੱਚਾ ਸਾਡੇ ਕੋਲ ਸਪਾਊਸ ਵੀਜ਼ਾ ਅਪਲਾਈ ਕਰੇਗਾ, ਸਪਾਊਸ ਦੇ ਪੈਸੇ ਉਦੋਂ ਲਾਂਗੇ ਜਦੋਂ ਵੀਜ਼ਾ ਲੱਗ ਜਾਏਗਾ, ਪੈਸੇ ਬੱਚਾ ਉਦੋਂ ਦੇਗਾ ਵੀਜ਼ਾ ਲੱਗਣ ਤੋਂ ਬਾਅਦ ਜੀ। ਸੋ ਬਹੁਤ ਵੱਡੀ ਅਨਾਊਂਸਮੈਂਟ ਹੈ ਵੀ, ਜੇਕਰ ਤੁਹਾਨੂੰ ਲੱਗਦਾ ਕਿ ਸਪਾਊਸ ਵੀਜ਼ੇ ਨਹੀਂ ਲੱਗਦੇ ਜਾਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਤੇ ਤੁਸੀਂ ਕੋਈ ਨਹੀਂ, ਪੈਸੇ ਉਦੋਂ ਦੇ ਦਿਓ ਜਦੋਂ ਵੀਜ਼ਾ ਲੱਗੂਗਾ, ਵੀਜ਼ਾ ਲੱਗਣ ਤੋਂ ਬਾਅਦ ਲੱਗ, ਹਾਂ ਤੁਹਾਨੂੰ ਯਕੀਨ ਹੋਜੂਗਾ, ਪਾਸਪੋਰਟ ਤੇ ਇਕੱਠੇ ਸਟੈਂਪ ਲੱਗ ਜੂਗੀ, ਵੀਜ਼ੇ ਆ ਜਾਣਗੇ, ਉਦੋਂ ਪੈਸੇ ਦੇ ਜਾਓ। ਹੁਣ ਇੱਕ ਆਖਰੀ ਸਵਾਲ, ਪਲੱਸ ਟੂ ਪਾਸ ਬੱਚੇ ਦੇ ਨਾਲ ਸਪਾਊਸ ਨੂੰ ਬੁਲਾਉਣਾ ਜਾਂ ਗ੍ਰੈਜੂਏਟ ਬੱਚੇ ਦੇ ਨਾਲ ਸਪਾਊਸ ਨੂੰ ਇਕੱਠਿਆਂ ਨੂੰ ਬੁਲਾਉਣਾ, ਕੈਨੇਡਾ ਸਰਕਾਰ ਦੀ ਮੂਵ ਨੂੰ ਕਿਵੇਂ ਦੇਖਦੇ ਹੋ ਮਾਰਕੀਟ ਦੇ ਵਿੱਚ, ਪੰਜਾਬ ਦੀ ਮਾਰਕੀਟ 'ਚ ਕੀ ਅਸਰ ਪਊਗਾ ਇਹਦਾ? ਬਹੁਤ ਵਧੀਆ ਇੰਪੈਕਟ ਹੈ ਔਰ ਬੜਾ ਸੋਹਣਾ ਉਪਰਾਲਾ ਹੈ। ਮੋਸਟਲੀ ਅਗਰ ਆਪਾਂ ਦੇਖਦੇ, ਚਾਹੇ ਯੂਕੇ ਦੀ ਗੱਲ ਕਰ ਲਓ, ਚਾਹੇ ਕੈਨੇਡਾ ਦੀ ਗੱਲ ਕਰ ਲਓ, ਮਿਨਿਸਟਰੀ ਜਿਹੜੀ ਓਵਰਆਲ ਹੈ, ਮੈਂ ਗੱਲ ਕੀਤੀ ਸੀ ਕਿ ਇੰਡੀਅਨ ਲੋਕਾਂ ਦੀ ਓਵਰਆਲ ਮਿਨਿਸਟਰੀ ਕਾਫੀ ਹੱਦ ਤੱਕ ਇੰਡੀਅਨਸ ਅੱਗੇ ਆ ਰਹੇ ਆ, ਸੋ ਉਹਦਾ ਬੈਨੀਫਿਟ ਜ਼ਰੂਰ ਹੋਏਗਾ। ਆਲਰੇਡੀ ਮੈਂ ਚਰਚਾ ਕਰ ਚੁੱਕਿਆ, ਬੇਅੰਤ ਕੌਰ ਵਰਗੀ ਐਪਲੀਕੇਸ਼ਨ ਹੋ ਗਈ, ਹੋਰ ਇੱਕ ਦੋ ਮੁੰਡੇ ਆ ਜਿਨ੍ਹਾਂ ਨੇ ਸੁਸਾਈਡ ਕੀਤਾ, ਸੋ ਇੱਥੋਂ ਐਪਲੀਕੇਸ਼ਨ ਇੱਕ ਇੰਪੈਕਟ ਇਹ ਜ਼ਰੂਰ ਪਏਗਾ ਕਿ ਸਪਾਊਸ ਇਕੱਠਾ ਲੱਗੇਗਾ। ਦੂਸਰੀ ਚੀਜ਼, ਲੋਕ ਡਾਕੂਮੈਂਟ ਬਣਾ ਕੇ ਫਾਈਲਾਂ ਲਾਉਂਦੇ ਸੀਗੇ ਜਿਹਦੇ ਵਿੱਚ ਲੋਕ ਕਈ ਨਹੀਂ ਅਫੋਰਡ ਕਰਦੇ, ਕਰਜ਼ਾ ਚੱਕਦੇ ਸੀਗੇ, ਉਹ ਕਰਜ਼ਾ ਉਹ ਡਿਫਰੈਂਟ ਚੀਜ਼ਾਂ ਜੀ। ਜਦੋਂ ਇੱਕ ਵਾਰੀ ਗਲਤ ਪੇਪਰ ਅੰਬੈਸੀ 'ਚ ਪੇਸ਼ ਹੋ ਗਏ ਤਾਂ ਅਸੀਂ ਉਹਨੂੰ ਤਾਂ ਉਮਰ, ਸਾਰੀ ਉਮਰ ਉਹਨੂੰ ਚੇਂਜ ਨਹੀਂ ਕਰ ਪਾਵਾਂਗੇ, ਉਹ ਚੇਂਜ ਨਹੀਂ ਕਰਨੇ ਹੀ ਪੈਂਦੇ। ਸੋ ਬੈਟਰ ਇਹਦੇ ਨਾਲ ਮੂਵ ਤਾਂ ਇੱਕ ਪੋਜ਼ਿਟਿਵ ਇਹ ਨਿਕਲਦੀ ਹੈ ਕਿ ਘੱਟੋ ਘੱਟ ਫਰਜ਼ੀ ਵਿਆਹ ਹੋਣੇ ਬੰਦ ਹੋ ਜਾਣਗੇ, ਬਿਲਕੁਲ ਫਰਜ਼ੀ ਕਾਗਜ਼ ਬੰਨੇ ਬੰਦ ਹੋ ਜਾਣਗੇ, ਜੇ ਜਾਣਗੇ ਤਾਂ ਇਕੱਠੇ ਜਾਣਗੇ, ਜੇ ਨਹੀਂ ਜਾਣਗੇ ਤਾਂ ਦੋਵੇਂ ਇੱਥੇ ਰਹਿਣਗੇ। ਸੋ ਪਲੱਸ ਟੂ ਪਾਸ ਬੱਚਾ 6 ਈਚ ਬੈਂਡ ਦੇ ਨਾਲ ਵਿਆਹ ਜੈਨੂਅਨ ਆਪਣੇ ਸਪਾਊਸ ਨੂੰ ਲੈ ਕੇ ਜਾਣਾ ਚਾਹੁੰਦਾ ਹੈ ਜਾਂ ਗ੍ਰੈਜੂਏਟ ਬੱਚਾ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਹੈ, ਕੈਨੇਡਾ ਸਰਕਾਰ ਵੱਲੋਂ ਸਪਾਊਸ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਹੋਮ ਗਲੋਬਲ ਦੇ ਸੋਸ਼ਲ ਮੀਡੀਆ ਪੇਜ 'ਤੇ ਆ ਕੇ, ਤੁਸੀਂ ਇਕੱਠੇ ਲੱਗੇ ਸਪਾਊਸ ਵੀਜ਼ੇ ਦੇ ਸਕਦੇ ਹੋ। ਜੇ ਤੁਸੀਂ 12ਵੀਂ ਪਾਸ ਹੋ, ਗ੍ਰੈਜੂਏਟ ਹੋ, 6 ਈਚ ਬੈਂਡ ਆ, ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਹੋਮ ਗਲੋਬਲ, ਵਿਜ਼ਿਟ ਕਰੋ। ਔਰ ਸਭ ਤੋਂ ਵੱਡੀ ਗੱਲ, ਕਹਿੰਦੇ ਜੀ ਜੇ ਨਹੀਂ ਯਕੀਨ ਆਉਂਦਾ ਕਿ ਵੀਜ਼ੇ ਲੱਗਦੇ ਆ, ਪੈਸੇ ਉਦੋਂ ਦੇ ਦਿਓ ਜਦੋਂ ਤੁਹਾਡਾ ਵੀਜ਼ਾ ਲੱਗ ਜੂਗਾ। ਸੋ ਸਮਝੋ, ਬਹੁਤ ਬਹੁਤ ਸ਼ੁਕਰੀਆ।